ਪੰਜਾਬੀ ਸਟੱਡੀ ਪੁਆਇੰਟ 62 ਜੀ ਵੇਖ ਰਹੇ ਸਾਰੇ ਹੀ ਵਿਊਰਸ ਦਾ ਇਸ ਚੈਨਲ 'ਤੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ। ਸਾਡੀ ਅੱਜ ਦੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ BA ਦੇ ਤੀਜੇ ਸਮੈਸਟਰ ਦੇ ਨਾਲ ਸੰਬੰਧਿਤ ਆ ਅਤੇ ਵਿਸ਼ਾ ਹੈ ਚੋਣਵੀ ਪੰਜਾਬੀ। ਅਤੇ ਇਸ ਵਿਸ਼ੇ ਦੇ ਨਾਲ ਸੰਬੰਧਿਤ ਪਾਠ ਪੁਸਤਕ ਜੋ ਅਸੀਂ ਆਰੰਭ ਕੀਤੀ ਹੋਈ ਹੈ ਉਹ ਹੈ ਮੱਧਕਾਲੀ ਪੰਜਾਬੀ ਕਾਵਿ ਰੰਗ ਕਾਵਿ ਸੰਗ੍ਰਹਿ ਹੈ, ਜਿਸ ਦੇ ਵਿੱਚ ਅਸੀਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਪੜ੍ਹ ਰਹੇ ਹੈਗੇ ਹਾਂ ਅਤੇ ਅੱਜ ਅਸੀਂ ਉਹਨਾਂ ਦੀ 10ਵੀਂ ਰਚਨਾ ਪੜ੍ਹਨੀ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ ਰਾਗ ਤਲੰਗ ਚੌਪ ਦੇ। ਇਸ ਤੋਂ ਪਹਿਲਾਂ ਆਪਾਂ ਉਹਨਾਂ ਦੇ 9 ਜੋ ਕਵਿਤਾਵਾਂ ਹੈਗੀਆਂ ਨੇ ਉਹ ਪੜ੍ਹ ਚੁੱਕੇ ਹੈਗੇ ਹਾਂ। ਅਤੇ ਇਸ ਤੋਂ ਇਲਾਵਾ ਇਸੇ ਸਿਲੇਬਸ ਦੀ ਦੂਸਰੀ ਪਾਠ ਪੁਸਤਕ ਹੈ ਜੋ ਦੁਨੀਆ ਇੱਕ ਮਹੱਲ ਹੈ, ਜੋ ਕਿ ਇੱਕ ਸਫ਼ਰਨਾਮਾ ਹੈ, ਉਸ ਨਾਲ ਸੰਬੰਧਿਤ ਵੀ ਕਾਫੀ ਵੀਡੀਓਜ਼ ਇਸ ਚੈਨਲ ਦੇ ਉੱਤੇ ਪਾਈਆਂ ਹੋਈਆਂ ਨੇ। ਜਿਹੜੇ ਵਿਦਿਆਰਥੀ ਇਹਨਾਂ ਵੀਡੀਓਜ਼ ਦਾ ਲਾਭ ਲੈਣਾ ਚਾਹੁੰਦੇ ਨੇ ਉਹ ਜਲਦੀ ਤੋਂ ਜਲਦੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਹਨਾਂ ਦਾ ਲਾਭ ਲੈ ਸਕਦੇ ਹੈਗੇ ਨੇ। ਅਤੇ ਅੱਜ ਦੀ ਜੋ ਇਹ ਰਚਨਾ ਹੈ, ਸ਼ਬਦ ਹੈ, ਉਸ ਬਾਰੇ ਅਸੀਂ ਇਹ ਕਹਿ ਸਕਦੇ ਹੈਗੇ ਹਾਂ ਕਿ ਇਹ ਇੱਕ ਤਰ੍ਹਾਂ ਦੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਇੱਕ ਦੁਖਦਾਈ ਘਟਨਾ ਦਾ ਵਰਣਨ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਬਿਆਨ ਕੀਤਾ ਹੈ। ਜਦੋਂ ਉਹਨਾਂ ਨੇ ਦੇਖਿਆ ਕਿ 1521 ਈਸਵੀ ਦੇ ਵਿੱਚ ਮੁਗਲ ਬਾਦਸ਼ਾਹ ਬਾਬਰ ਨੇ ਭਾਰਤ 'ਤੇ ਹਮਲਾ ਕੀਤਾ ਅਤੇ ਕਿਸ ਤਰ੍ਹਾਂ ਲੋਕਾਂ ਦੀ ਦਰਦਨਾਕ ਅਵਸਥਾ ਹੋਈ, ਅਤੇ ਇਹਨਾਂ ਲਾਈਨਾਂ ਦੇ ਵਿੱਚ ਆਪਾਂ ਪ੍ਰਸੰਗ ਦੇ ਵਿੱਚ ਪਹਿਲਾਂ ਲਿਖਾਂਗੇ ਕਿ ਇਹ ਕਾਵਿ ਟੁੱਟਾ ਮੱਧਕਾਲੀ ਪੰਜਾਬੀ ਕਾਵਿ ਰੰਗ ਕਾਵਿ ਸੰਗ੍ਰਹਿ ਦੇ ਵਿੱਚ ਦਰਜ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਜੈਸੀ ਮੈਂ ਆਵੈ ਖਸਮ ਕੀ ਬਾਣੀ ਇਸ ਵਿੱਚੋਂ ਲਿਆ ਗਿਆ ਹੈ। ਅਤੇ ਇਸ ਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ 1521 ਈਸਵੀ ਦੇ ਵਿੱਚ ਮੁਗਲ ਬਾਦਸ਼ਾਹ ਬਾਬਰ ਦੁਆਰਾ ਭਾਰਤ ਉੱਤੇ ਹਮਲਾ ਕਰਕੇ ਸੈਦਪੁਰ ਦੇ ਵਿੱਚ ਖੇਡੀ ਗਈ ਮਨੁੱਖਤਾ ਦੇ ਖੂਨ ਦੀ ਹੋਲੀ ਅਤੇ ਉਸ ਦੇ ਧਾੜਵੀ ਸਿਪਾਹੀਆਂ ਦੁਆਰਾ ਇਸਤਰੀਆਂ ਦੀ ਬੇਪਤੀ ਨੂੰ ਧੱਕੇ ਅਤੇ ਜ਼ਬਰ ਜ਼ੁਰਮ ਨਾਲ ਰਜਾਏ ਵਿਆਹ ਦਾ ਦ੍ਰਿਸ਼ਟਾਂਤ ਦੇ ਕੇ ਪੇਸ਼ ਕੀਤਾ ਹੈ ਅਤੇ ਨਾਲ ਹੀ ਇਹ ਵਿਚਾਰ ਪੇਸ਼ ਕੀਤਾ ਹੈ ਕਿ ਇਹ ਦੁਰਘਟਨਾ ਜਿਹੜੀ ਹੈ ਉਹ ਮਨੁੱਖਾਂ ਦੇ ਮੋਹ ਮਾਇਆ ਦੇ ਵਿੱਚ ਗਰਕ ਜਾਣ ਕਰਕੇ ਵਾਪਰਦੀ ਹੈ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਰਹੇ ਅਤੇ ਆਪਣੇ ਜੀਵਨ ਨੂੰ ਸਫਲ ਕਰਦਾ ਰਹੇ। ਅਤੇ ਇਹਨਾਂ ਸਤਰਾਂ ਦੇ ਵਿੱਚ ਗੁਰੂ ਜੀ ਨੇ ਬਾਬਰ ਦੁਆਰਾ ਸੈਦਪੁਰ ਵਿੱਚ ਖੇਡੀ ਗਈ ਮਨੁੱਖੀ ਹੋਣ ਦੀ ਹੋਲੀ ਅਤੇ ਉਸਦੇ ਸਿਪਾਹੀਆਂ ਦੁਆਰਾ ਇਸਤਰੀਆਂ ਦੀ ਬੇਪਤੀ ਨੂੰ ਬਹੁਤ ਹੀ ਕਰੁਣਾਮਈ ਢੰਗ ਦੇ ਨਾਲ ਪੇਸ਼ ਕੀਤਾ ਹੋਇਆ। ਤਾਂ ਕੀ ਕਹਿੰਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੀ ਲਾ ਲਓ। ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹੈਗੇ ਨੇ ਕਿ ਮੈਨੂੰ ਉਸ ਪਰਮਾਤਮਾ ਵੱਲੋਂ, ਮੈਂ ਦਾ ਅਰਥ ਇੱਥੇ ਕੀ ਹੈ, ਮੈਨੂੰ ਖਸਮ ਦਾ ਅਰਥ ਹੈ ਪਰਮਾਤਮਾ, ਬਾਣੀ ਦਾ ਅਰਥ ਹੈ ਪ੍ਰੇਰਣਾ, ਤੈਸੜਾ ਹੁੰਦਾ ਉਹੋ ਜਿਹਾ, ਅਤੇ ਗਿਆਨ ਦਾ ਅਰਥ ਹੈ ਵਰਣਨ। ਤਾਂ ਇੱਥੇ ਲਾਲੋ ਸ਼ਬਦ ਹੈ ਜੋ ਉਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਪਿਆਰਾ ਸਿੱਖ ਸੀਗਾ ਜੋ ਕਿ ਭਾਈ ਲਾਲੋ ਤਰਖਾਣ ਵਜੋਂ ਪ੍ਰਸਿੱਧ ਸੀਗਾ। ਅਤੇ ਉਹ ਸਾਥੀ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹੈਗੇ ਨੇ ਕਿ ਮੇਰੇ
ਮਨ ਦੇ ਵਿੱਚ ਮੈਨੂੰ ਜੋ ਕੁ ਜਿਹੜਾ ਹੈ ਪਰਮਾਤਮਾ ਵੱਲੋਂ ਜੋ ਪ੍ਰੇਰਨਾ ਹੋਈ ਹੈ, ਗਿਆਨ ਪ੍ਰਾਪਤ ਹੋਇਆ ਹੈ, ਉਹ ਜਿਹੀ ਹੀ ਜਾਣਕਾਰੀ ਮੈਂ ਤੈਨੂੰ ਦੇ ਰਿਹਾ ਹੈਗਾ। ਭਾਵ ਉਹ ਭਾਈ ਲਾਲੋ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਹੇ ਲਾਲੋ, ਜਿਸ ਤਰ੍ਹਾਂ ਦੀ ਪ੍ਰੇਰਨਾ ਜਾਂ ਜਿਸ ਤਰ੍ਹਾਂ ਦੀ ਭਾਵਨਾ ਮੇਰੇ ਮਨ ਦੇ ਵਿੱਚ ਉਸ ਪਰਮਾਤਮਾ ਵੱਲੋਂ ਆਈ ਹੈ, ਮੈਂ ਉਸ ਤਰ੍ਹਾਂ ਦਾ ਹੀ ਵਰਣਨ ਕਰਨ ਲੱਗਿਆ ਹਾਂ। ਪਾਪ ਕੀ ਜੰਝਲੇ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਕਾਬਲੋਂ ਦਾ ਅਰਥ ਹੈ ਕਾਬਲ ਤੋਂ, ਧਾਇਆ ਦਾ ਅਰਥ ਕੀ ਹੁੰਦਾ ਹੈ, ਬਈ ਹਮਲਾ ਬੋਲ ਦੇਣਾ, ਜੋਰੀ ਦਾ ਅਰਥ ਹੁੰਦਾ ਜ਼ਬਰਦਸਤੀ। ਤਾਂ ਗੁਰੂ ਜੀ ਕਹਿੰਦੇ ਹੈਗੇ ਨੇ ਵੀ ਮੈਨੂੰ ਇਉਂ ਲੱਗਦਾ ਹੈ ਕਿ ਕਾਬਲ ਤੋਂ ਜਿਹੜਾ ਮੁਗਲ ਹਮਲਾਵਰ ਹੈ ਬਾਬਰ, ਉਹ ਆਪਣੇ ਨਾਲ ਜਿਹੜਾ ਹੈ ਪਾਪ ਦੀ ਜੰਝ ਲੈ ਕੇ ਆਇਆ ਹੈ, ਜ਼ੁਲਮ ਦੀ ਜੰਝ ਲੈ ਕੇ ਉਸਨੇ ਭਾਰਤ ਉੱਤੇ ਹਮਲਾ ਕੀਤਾ ਹੈਗਾ, ਅਤੇ ਉਹ ਧੱਕੇ ਦੇ ਨਾਲ, ਜੋਰੀ ਮੰਗ ਹੁੰਦਾ ਜ਼ਬਰਦਸਤੀ, ਧੱਕੇ ਦੇ ਨਾਲ ਭਾਰਤ ਦੀ ਹਕੂਮਤ ਰੂਪੀ ਕੰਨਿਆਦਾਨ ਮੰਗ ਰਿਹਾ ਹੈ। ਵੀ ਉਹ ਦਾਨ ਦੇ ਵਿੱਚ ਕੀ ਮੰਗ ਰਿਹਾ ਹੈ, ਵੀ ਹਿੰਦੁਸਤਾਨ ਦਾ ਰਾਜ ਇਹ ਜ਼ਬਰਦਸਤੀ ਦਾਨ ਵਜੋਂ ਮੰਗ ਰਿਹਾ ਹੈ। ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਅਤੇ ਉਹ ਭਾਈ ਲਾਲੋ ਨੂੰ ਕਹਿ ਰਹੇ ਨੇ ਵੀ ਇਹ ਲਾਲੋ, ਉਸ ਸਮੇਂ ਜੋ ਅਵਸਥਾ ਸੀ ਬੜੀ ਹੀ ਮਾੜੀ ਹੋ ਗਈ ਸੀ, ਸਰਮ ਅਤੇ ਧਰਮ ਦੋਨੋਂ ਹੀ ਛੁੱਪ ਗਏ ਸਨ। ਛੱਪ ਖਲੋਏ ਹੁੰਦਾ ਹੈ ਅਲੋਪ ਹੋ ਜਾਣਾ, ਵੀ ਸ਼ਰਮ ਕਰਨਾ ਅਤੇ ਧਰਮ ਦੀ ਗੱਲ ਕਰਨੀ, ਇਹ ਦੋਨੋਂ ਹੀ ਸੈਦਪੁਰ ਦੇ ਵਿੱਚੋਂ ਖਤਮ ਹੋ ਗਏ ਸੀ, ਅਲੋਪ ਹੋ ਗਏ ਸੀ, ਕਿਸੇ ਨੂੰ ਕੋਈ ਸ਼ਰਮ ਹਿਆ ਨਹੀਂ ਸੀ ਰਹੀ, ਕੂੜ ਫਿਰੇ ਪ੍ਰਧਾਨ ਪੇ ਲਾ ਲਓ, ਅਤੇ ਹਰ ਪਾਸੇ ਝੂਠ ਦਾ ਹੀ ਬੋਲਵਾਲਾ ਹੋ ਗਿਆ ਸੀ। ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾ ਲਓ। ਥੱਕੀ ਦਾ ਅਰਥ ਵੈਸੇ ਹੁੰਦਾ ਥੱਕਣਾ, ਹੈ ਨਾ, ਪਰ ਇੱਥੇ ਦਾ ਇਹਦਾ ਮਤਲਬ ਕੀ ਹੈ ਵੀ ਖਤਮ ਹੋ ਜਾਣਾ ਕੋਈ ਗੱਲ। ਅਤੇ ਹੁਣ ਕਾਜ਼ੀ ਅਤੇ ਬ੍ਰਾਹਮਣ ਕੌਣ ਸੀਗੇ? ਕਾਜ਼ੀ ਹੁੰਦੇ ਨੇ ਮੁਸਲਮਾਨਾਂ ਦੇ ਧਾਰਮਿਕ ਆਗੂ, ਬ੍ਰਾਹਮਣ ਹੁੰਦੇ ਨੇ ਹਿੰਦੂ ਧਰਮ ਦੇ ਧਾਰਮਿਕ ਆਗੂ, ਠੀਕ ਹੈ। ਤਾਂ ਅਗਦ ਦਾ ਅਰਥ ਹੁੰਦਾ ਹੈ ਵਿਆਹ ਕਰਨਾ, ਵਿਆਹ ਦੀ ਰਸਮ ਨਿਭਾਉਣਾ। ਅਤੇ ਗੁਰੂ ਜੀ ਕਹਿੰਦੇ ਨੇ ਵੀ ਉਸ ਸਮੇਂ ਸੈਦਪੁਰ ਦਾ ਇਹ ਹਾਲ ਹੋਇਆ ਹੋਇਆ ਸੀ ਕਿ ਜਿਹੜੇ ਵਿਆਹ ਕਾਜ਼ੀ ਅਤੇ ਬ੍ਰਾਹਮਣ ਸੰਪੂਰਨ ਕਰਦੇ ਸੀ, ਭਾਵ ਕਾਜ਼ੀ ਨਿਕਾਹ ਪੜਾਉਂਦੇ ਸੀ, ਹੈ ਨਾ, ਅਤੇ ਬ੍ਰਾਹਮਣ ਫੇਰੇ ਜਿਹੜੇ ਕਰਵਾਉਂਦੇ ਸੀਗੇ, ਹੈ ਨਾ, ਵਿਆਹ ਦਾ ਜੋ ਜੋ ਵੀ ਰਸਮ ਹੈ ਉਹ ਅਦਾ ਕਰਦੇ ਨੇ, ਹੈ ਨਾ, ਧਾਰਮਿਕ ਆਗੂ। ਅਤੇ ਇਹ ਗੱਲ ਕਹਿੰਦਾ ਖਤਮ ਹੋ ਗਈ ਸੀ, ਕਾਜ਼ੀ ਅਤੇ ਬ੍ਰਾਹਮਣ ਵਿਆਹ ਨਹੀਂ ਸੀ ਕਰਾ ਰਹੇ, ਸਗੋਂ ਉਸ ਸਮੇਂ ਇਉਂ ਲੱਗ ਰਿਹਾ ਸੀ ਵੀ ਜਿਹੜਾ ਸ਼ੈਤਾਨ ਹੈ, ਬਦੀ ਦਾ ਦੇਵਤਾ ਹੈ, ਉਹ ਹੀ ਸਾਰੇ ਪਾਸੇ ਵਿਆਹ ਕਰਾ ਰਿਹਾ ਸੀਗਾ। ਮੁਸਲਮਾਨੀਆਂ ਪੜ੍ਹੇ ਕਿਤਾਬਾਂ, ਕਸ਼ਟ ਮੈਂ ਕਰੇ ਖੁਦਾਏ ਵੇ ਲਾ ਲਓ। ਤਾਂ ਇਸ ਅਵਸਥਾ ਦੇ ਵਿੱਚ ਜਿਹੜੇ ਬਾਬਰ ਦੇ ਨਾਲ ਆਏ ਸੈਨਿਕ ਸੀ, ਉਹਨਾਂ ਨੇ ਕਿਸੇ ਵੀ ਧਰਮ ਦੀ ਇਸਤਰੀ ਨੂੰ ਬਖਸ਼ਿਆ, ਹਰੇਕ ਧਰਮ ਦੀ ਇਸਤਰੀ ਦੇ ਨਾਲ ਜ਼ਬਰ ਜਨਾਹ ਕੀਤਾ, ਉਹਨਾਂ ਦੀ ਲਪੱਤ ਲੁੱਟੀ ਅਤੇ ਉਹਨਾਂ ਦੇ ਨਾਲ ਬੁਰਾ ਵਿਵਹਾਰ ਕੀਤਾ। ਅਤੇ ਉਸ ਅਵਸਥਾ ਦੇ ਵਿੱਚ ਜਿਹੜੀਆਂ ਮੁਸਲਮਾਨ ਔਰਤਾਂ ਸੀਗੀਆਂ ਉਹ ਕਿਤਾਬਾਂ ਪੜ੍ਹ ਰਹੀਆਂ ਸੀ, ਭਾਵ ਉਹ ਆਪਣਾ ਧਾਰਮਿਕ ਗ੍ਰੰਥ ਪੜ੍ਹ ਕੇ ਜਿਹੜਾ ਹੈ
ਪਰਮਾਤਮਾ ਅੱਗੇ ਜਿਹੜਾ ਹੈ ਆਪਣੀ ਰਾਖੀ ਕਰਨ ਦੀ ਦੁਆ ਮੰਗ ਰਹੀਆਂ ਸੀ। ਕਸ਼ਟ ਹੁੰਦਾ ਦੁੱਖ, ਇਸ ਦੁੱਖ ਦੇ ਸਮੇਂ ਦੇ ਵਿੱਚ ਜਿਹੜੀਆਂ ਮੁਸਲਮਾਨ ਔਰਤਾਂ ਸੀ ਉਹ ਆਪਣੀਆਂ ਧਾਰਮਿਕ ਗ੍ਰੰਥ ਪੜ੍ਹ ਕੇ ਉਹਦੇ ਅੱਗੇ ਪੁਕਾਰ ਰਹੀਆਂ ਸਨ, ਖੁਦਾ ਅੱਗੇ ਪੁਕਾਰ ਰਹੀਆਂ ਸਨ ਵੀ ਸਾਡੀ ਸਹਾਇਤਾ ਕਰੋ। ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇ ਲਾ ਲਓ। ਅਤੇ ਇਸ ਮਾੜੇ ਸਮੇਂ ਦੇ ਵਿੱਚ, ਇੰਨਾ ਮਾੜਾ ਸਮਾਂ ਸੀ ਕਿ ਉਹਨਾਂ ਸੈਨਿਕਾਂ ਨੇ, ਬਾਬਰ ਦੇ ਨਾਲ ਆਏ ਹੋਏ ਜਾਵਰ ਸੈਨਿਕਾਂ ਨੇ ਕਿਸੇ ਵੀ ਧਰਮ ਦੀਆਂ ਕਿਸੇ ਵੀ ਜਾਤ ਦੀ ਇਸਤਰੀ ਨੂੰ ਨਹੀਂ ਬਖਸ਼ਿਆ। ਭਾਵ ਉਹਦੇ ਵਿੱਚ ਉੱਚੀ ਜਾਤ, ਨੀਵੀਂ ਜਾਤ, ਜਾਤ ਸਨਾਤੀ, ਸਨਾਤੀ ਦਾ ਮਤਲਬ ਛੋਟੀ ਜਾਤ, ਵੀ ਉਹਨਾਂ ਉੱਚੀ ਜਾਤ ਦੀਆਂ ਇਸਤਰੀਆਂ, ਨੀਵੀਂ ਜਾਤ ਦੀਆਂ ਇਸਤਰੀਆਂ ਅਤੇ ਸਾਰੀਆਂ ਹੀ ਹਿੰਦੁਸਤਾਨ ਦੀਆਂ ਸਾਰੀਆਂ ਹੀ ਔਰਤਾਂ, ਹਿੰਦਵਾਣੀ ਦਾ ਅਰਥ ਮਤਲਬ ਹੈ ਹਿੰਦੁਸਤਾਨ ਵਿੱਚ ਰਹਿਣ ਵਾਲੀਆਂ ਸਾਰੇ ਹੀ ਜਾਤਾਂ ਧਰਮਾਂ ਦੀਆਂ ਇਸਤਰੀਆਂ ਦੀ ਉਹਨਾਂ ਨੇ ਬੇਪਤੀ ਕੀਤੀ। ਇਹ ਵੀ ਲੇਖੇ ਲਾਏ ਵੀ ਲਾ ਲਓ। ਤਾਂ ਭਾਵ ਹਰ ਕਿਸੇ ਦੇ ਨਾਲ ਇਹੋ ਜਿਹਾ ਮਾੜਾ ਸਲੂਕ ਹੀ ਕੀਤਾ ਉਹਨਾਂ ਦੇ ਉੱਤੇ, ਅੱਤਿਆਚਾਰ ਕੀਤਾ। ਖੂਨ ਕੇ ਸੋਲੇ ਗਾਵੈ ਨਾਨਕ, ਰੱਤ ਕਾ ਕੰਗੂ ਪਾਏ ਵੀ ਲਾ ਲਓ। ਅਤੇ ਉਹ ਇਸ ਦਰਦਨਾਕ ਦ੍ਰਿਸ਼ ਨੂੰ ਗੁਰੂ ਦੇਖ ਕੇ, ਗੁਰੂ ਜੀ ਕਹਿੰਦੇ ਹੈਗੇ ਨੇ ਵੀ ਸਾਰੇ ਪਾਸੇ ਲੋਕ ਖੂਨ ਦੇ ਸੋਲੇ ਗਾ ਰਹੇ ਸਨ, ਭਾਵ ਇੰਨਾ ਦੁਖੀ ਹੋ ਰਹੇ ਸਨ ਕਿ ਉਹਨਾਂ ਨੂੰ ਇਉਂ ਲੱਗਦਾ ਸੀ ਵੀ ਉਹ ਅੱਖਾਂ ਦੇ ਵਿੱਚ ਹੰਝੂ ਨਹੀਂ, ਲਹੂ ਡੁੱਲ ਰਿਹਾ ਹੋਵੇ ਉਹਨਾਂ ਦੇ ਵਿੱਚ, ਖੂਨ ਦੇ ਸੋਲੇ ਗਾ ਰਹੇ ਸੀਗੇ। ਅਤੇ ਹਰ ਪਾਸੇ ਰੱਤ ਦਾ ਅਰਥ ਖੂਨ ਹੈ ਨਾ, ਕੰਗੂ ਦਾ ਅਰਥ ਵੈਸੇ ਹੁੰਦਾ ਕੇਸਰ, ਜਾਂ ਕਹਿੰਦੇ ਵੀ ਜਿਸ ਤਰ੍ਹਾਂ ਜਿਹੜਾ ਖੂਨ ਦਾ ਸਾਰੇ ਪਾਸੇ ਛਿੜਕਾਅ ਕੀਤਾ ਗਿਆ ਹੋਵੇ। ਆਪਾਂ ਕੇਸਰ ਵਗੈਰਾ ਕਿਉਂ ਛਿੜਕਦੇ ਹਾਂ ਵੀ ਤਾਂ ਕਿ ਜਿਹੜਾ ਕੋਈ ਵੀ ਜਗ੍ਹਾ ਉਹ ਸੁਗੰਧਿਤ ਹੋ ਜਾਵੇ। ਤਾਂ ਗੁਰੂ ਜੀ ਕਹਿੰਦੇ ਨੇ ਵੀ ਉਸ ਸਮੇਂ ਸਾਰੇ ਪਾਸੇ ਖੂਨ ਰੂਪੀ ਕੇਸਰ ਹੀ ਛਿੜਕਿਆ ਜਾ ਰਿਹਾ ਸੀਗਾ। ਸਾਹਿਬ ਕੇ ਗੁਣ ਗਾਵੈ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੂਲਾ। ਅਤੇ ਇਸ ਤਰ੍ਹਾਂ ਜਿਹੜਾ ਹੈ ਇਸ ਅਵਸਥਾ ਦੇ ਵਿੱਚ ਗੁਰੂ ਨੇ ਦੱਸਿਆ ਹੈ, ਇੱਥੇ ਤੱਕ ਇਹ ਖਤਮ ਹੋ ਜਾਂਦਾ ਪੈਰਾਗ੍ਰਾਫ ਕਿ ਜਿਹੜੀ ਅਵਸਥਾ ਬੜੀ ਮਾੜੀ ਸੀਗੀ, ਸਾਰੇ ਪਾਸੇ ਖੂਨ ਦੇ ਸੋਲੇ ਗਾਏ ਜਾ ਰਹੇ ਸੀਗੇ, ਸਾਰੇ ਪਾਸੇ ਜਿਹੜਾ ਹੈ ਖੂਨ ਦਾ ਕੇਸਰ ਛਿੜਕਿਆ ਜਾ ਰਿਹਾ ਸੀਗਾ। ਹੁਣ ਦੂਜੇ ਪੈਰਾਗ੍ਰਾਫ ਦੇ ਵਿੱਚ ਗੁਰੂ ਜੀ ਕਹਿੰਦੇ ਨੇ, ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੂਲਾ। ਤਾਂ ਇਸ ਜਿਹੜਾ ਹੈ ਪੈਰਾਗ੍ਰਾਫ ਦੇ ਵਿੱਚ ਗੁਰੂ ਜੀ ਨੇ ਦੱਸਿਆ ਹੈਗਾ ਵੀ ਜੋ ਸੈਦਪੁਰ ਦੇ ਵਿੱਚ ਵਾਪਰਿਆ, ਖੂਨ ਦੀ ਹੋਲੀ ਖੇਡੀ ਗਈ ਅਤੇ ਧਾੜਵੀ ਇਸਤਰੀਆਂ ਦੁਆਰਾ, ਸੋਰੀ ਸਿਪਾਹੀਆਂ ਦੁਆਰਾ ਇਸਤਰੀਆਂ ਦੀ ਬੇਪਤੀ ਕੀਤੀ ਗਈ। ਤਾਂ ਫਿਰ ਇਹਨਾਂ ਸਤਰਾਂ ਦੇ ਵਿੱਚ ਗੁਰੂ ਜੀ ਨੇ ਆਪਣਾ ਹੋਰ ਵਿਚਾਰ ਪੇਸ਼ ਕੀਤਾ ਹੈਗਾ ਕਿ ਭਾਵੇਂ ਕੁਝ ਵੀ ਹੁੰਦਾ ਹੈ ਉਹ ਪਰਮਾਤਮਾ ਦੇ ਰਜ਼ਾ ਦੇ ਵਿੱਚ ਹੁੰਦਾ ਹੈਗਾ, ਅਤੇ ਉਦੋਂ ਹੁੰਦਾ ਹੈ ਜਦੋਂ ਜਿਹੜਾ ਮਨੁੱਖ ਹੈ ਉਹ ਮਾਇਆ ਵਿੱਚ ਗਰਕ ਹੋ ਜਾਵੇ ਅਤੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਭੁੱਲ ਜਾਵੇ, ਉਸ ਸਮੇਂ ਅਜਿਹੀਆਂ ਦੁਰਘਟਨਾਵਾਂ ਹੋ ਜਾਂਦੀਆਂ ਨੇ। ਤਾਂ ਫਿਰ ਕੀ ਕਹਿੰਦੇ ਹੈਗੇ ਨੇ ਉਹ, ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੂਲਾ। ਹੁਣ ਇੱਥੇ ਮਾਸਪੁਰੀ ਦਾ ਅਰਥ ਕੀ ਹੈ? ਮਾਸਪੁਰੀ ਕਦੋਂ ਬਣੀ? ਜਦੋਂ ਗੁਰੂ ਜੀ ਨੇ ਦੇਖਿਆ ਵੀ ਸੈਦਪੁਰ ਦੇ ਵਿੱਚ ਲਾਸ਼ਾਂ ਦੇ ਢੇਰ ਲੱਗ ਪਏ, ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਸਨ, ਇਸ ਕਰਕੇ ਉਹਨਾਂ ਨੇ ਇਸਨੂੰ ਮਾਸਪੁਰੀ ਕਿਹਾ। ਅਤੇ ਮਸੋਲਾ ਦਾ ਅਰਥ ਕੀ ਹੁੰਦਾ ਹੈ? ਅਸੂਲਾਂ ਦੀ ਗੱਲ, ਭਾਵ ਅਟਲ ਨਿਯਮ। ਉਹ ਕਹਿੰਦਾ ਵੀ ਇਸ ਭੈੜੀ ਅਵਸਥਾ ਦੇ ਵਿੱਚ ਵੀ ਪਰਮਾਤਮਾ ਦੀ ਰਜ਼ਾ ਨੂੰ ਮੰਨਣ ਵਾਲਾ ਮਨੁੱਖ ਦਾ ਇੱਕੋ ਹੀ ਅਸੂਲ ਹੁੰਦਾ ਹੈ,
ਉਹ ਕੀ ਕਰਦਾ ਹੈ, ਸਾਹਿਬ ਕੇ ਗੁਣ ਨਾਨਕ ਗਾਵੇ। ਉਹ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸਦੀ ਇੱਛਾ ਅੱਗੇ ਸਿਰ ਹੀ ਝੁਕਾਉਂਦਾ ਹੈ ਵੀ ਜੋ ਕੁਛ ਹੋ ਰਿਹਾ ਹੈ ਉਹ ਤੇਰੀ ਰਜ਼ਾ ਅਨੁਸਾਰ ਹੀ ਹੋ ਰਿਹਾ ਹੈਗਾ। ਜਿਨ ਉਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ। ਉਪਾਈ ਦਾ ਅਰਥ ਹੁੰਦਾ ਪੈਦਾ ਕੀਤਾ, ਰੰਗ ਰਵਾਈ, ਰੰਗ ਰਵਾਈ ਦਾ ਹੁੰਦਾ ਵੱਖੋ ਵੱਖਰੇ ਰੰਗਾਂ ਦੇ ਵਿੱਚ ਉਸਨੂੰ ਰੰਗਿਆ ਹੈਗਾ। ਤਾਂ ਉਹ ਕਹਿੰਦੇ ਹੈਗੇ ਨੇ ਗੁਰੂ ਜੀ ਕਿ ਜਿਸ ਪਰਮਾਤਮਾ ਨੇ ਇਹ ਧਰਤੀ ਨੂੰ ਦੇ ਉੱਤੇ ਜੀਵਾਂ ਨੂੰ ਪੈਦਾ ਕੀਤਾ, ਰੰਗ ਰਵਾਈ ਵੱਖੋ ਵੱਖਰੇ ਰੰਗਾਂ ਦੇ ਵਿੱਚ ਰੰਗਿਆ, ਬੈਠਾ ਵੇਖਿਆ ਵੱਖ ਅਕੇਲਾ। ਉਹ ਪਰਮਾਤਮਾ ਇਸ ਸ੍ਰਿਸ਼ਟੀ 'ਤੇ ਹੋਣ ਵਾਲੇ ਚੰਗੇ ਅਤੇ ਮਾੜੇ ਕੰਮਾਂ ਨੂੰ ਇੱਕ ਪਾਸੇ ਬੈਠਾ ਵੇਖ ਰਿਹਾ ਹੈ, ਉਸ ਇਸ ਲੀਲਾ ਨੂੰ ਵੇਖ ਰਿਹਾ ਹੈਗਾ। ਅਤੇ ਇਹੋ ਜਿਹੀਆਂ ਘਟਨਾਵਾਂ ਮਨੁੱਖ ਦੇ ਮਾਇਆ ਦੇ ਵਿੱਚ ਗਰਕ ਕਰਨ ਕਰ ਹੋਣ ਕਰਕੇ ਹੀ ਵਾਪਰਦੀਆਂ ਨੇ। ਸੱਚਾ ਸੋ ਸਾਹਿਬ ਸੱਚ ਤਪਾਪਸ ਸੱਚੜਾ ਨਿਉ ਕਰੇਗਾ ਮਸੋਲਾ। ਅਤੇ ਉਹ ਪਰਮਾਤਮਾ ਤਾਂ ਸੱਚਾ ਹੈ ਅਤੇ ਉਸਦੇ ਜੋ ਨਿਯਮ ਨੇ, ਮਸੋਲਾ ਦਾ ਅਰਥ ਸੀ ਨਿਯਮ, ਉਸਦੇ ਜਿਹੜੇ ਨਿਯਮ ਨੇ ਉਹ ਹਮੇਸ਼ਾ ਅਟੱਲ ਹੁੰਦੇ ਨੇ ਅਤੇ ਉਹ ਆਪਣੇ ਅਟੱਲ ਨਿਯਮਾਂ ਦੇ ਅਨੁਸਾਰ ਹੀ ਨਿਆਂ ਕਰੇਗਾ। ਇਨਸਾਫ ਮਤਲਬ ਜੋ ਵੀ ਬੰਦਾ ਕਰੇਗਾ, ਮਤਲਬ ਕਹਿਣ ਦਾ ਭਾਵ ਕੀ ਹੈਗਾ, ਅਜਿਹੀਆਂ ਜੋ ਦੁਰਘਟਨਾਵਾਂ ਹੁੰਦੀਆਂ ਨੇ, ਜੋ ਮਾੜਾ ਕਰਦਾ ਉਹਦੇ ਨਾਲ ਮਾੜਾ ਹੀ ਵਾਪਰਦਾ ਹੈ, ਜੋ ਚੰਗਾ ਕਰਦਾ ਹੈ ਉਹਦੇ ਨਾਲ ਚੰਗਾ ਹੀ ਵਾਪਰਦਾ ਹੈ। ਇਹ ਪਰਮਾਤਮਾ ਦਾ ਨਿਆਂ ਹੈ ਅਤੇ ਉਹਨਾਂ ਅਟੱਲ ਨਿਯਮਾਂ ਦੇ ਅਨੁਸਾਰ ਉਹ ਸੱਚਾ ਸਾਹਿਬ ਹੈ ਜੋ ਉਹ ਹਰੇਕ ਦੇ ਨਾਲ ਨਿਆਂ ਹਮੇਸ਼ਾ ਕਰਦਾ ਆਇਆ ਹੈ। ਕਾਇਆ ਕੱਪੜ ਟੁੱਕ ਟੁੱਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾਂ। ਤਾਂ ਉਸ ਸਮੇਂ ਕਹਿੰਦਾ ਕਾਇਆ ਹੁੰਦੀ ਵੈਸੇ ਸਰੀਰ, ਤਾਂ ਇੱਥੇ ਗੁਰੂ ਜੀ ਨੇ ਕਿਹਾ ਹੈਗਾ ਵੀ ਜਿਹੜਾ ਕਤਲੇਆਮ ਸੀਗਾ ਹੋਇਆ ਉਹਦੇ ਵਿੱਚ ਇਉਂ ਲੱਗ ਰਿਹਾ ਸੀ ਵੀ ਜਿਵੇਂ ਹਿੰਦੁਸਤਾਨ ਜਿਹੜਾ ਹੈ ਰੂਪੀ ਕੱਪੜਾ ਹੈ ਉਹ ਟੁਕੜੇ ਟੁਕੜੇ ਹੋ ਗਿਆ ਹੈ। ਕਾਇਆ ਕੱਪੜ ਟੁੱਕ ਟੁੱਕ ਹੋ ਸੀ ਵੀ ਉਹਦਾ ਕੱਪੜਾ ਹੈ, ਉਸਦਾ ਜਿਹੜਾ ਹੈ ਹਿੰਦੁਸਤਾਨ ਰੂਪੀ ਜਿਹੜਾ ਕੱਪੜਾ ਹੈ ਉਹ ਟੁੱਕ ਟੁੱਕ ਹੋ ਗਿਆ ਹੈ, ਟੁਕੜੇ ਟੁਕੜੇ ਹੋ ਗਿਆ ਹੈ, ਭਾਵ ਲੋਕਾਂ ਦੇ ਜਿਹੜੇ ਸਰੀਰ ਨੇ ਉਹ ਟੁਕੜੇ ਟੁਕੜੇ ਹੋ ਗਏ ਸੀ। ਆਪਾਂ ਦੇਖਿਆ ਹੀ ਹੈ ਇਸ ਗੱਲ ਦੇ ਵਿੱਚ ਕਿ ਅਜਿਹੀ ਭਿਆਨਕ ਘਟਨਾ ਹੈਗੀ ਹਿੰਦੁਸਤਾਨੀ ਹਿੰਦੁਸਤਾਨ ਸੰਭਾਲ ਸੀ ਬੋਲਾਂ। ਅਤੇ ਫਿਰ ਹਿੰਦੁਸਤਾਨ ਦੇ ਵਿੱਚ ਜਿਹੜਾ ਇਹ ਦੁਖਾਂਤ ਸੀ, ਭਿਆਨਕ ਘਟਨਾ ਸੀ, ਇਸਨੂੰ ਕਦੇ ਵੀ ਭੁਲਾ ਨਹੀਂ ਸਕੇਗਾ, ਕਦੇ ਵੀ ਉਸਨੂੰ ਆਪਣੇ ਚੇਤਿਆਂ ਦੇ ਵਿੱਚੋਂ ਵਿਸਾਰ ਨਹੀਂ ਰੱਖ ਸਕੇਗਾ। ਸੰਭਾਲ ਸੀ ਦਾ ਅਰਥ ਹੁੰਦਾ ਵੀ ਉਸਨੂੰ ਸੰਭਾਲ ਕੇ ਰੱਖੀਗਾ। ਹੁਣ ਕਹਿਣ ਦਾ ਮਤਲਬ ਕੀ ਹੈਗਾ, ਅਸੀਂ ਸਾਰੇ ਜਾਣਦੇ ਹਾਂ ਵੀ ਜਿਹੜੀ ਚੰਗੀ ਗੱਲ ਹੁੰਦੀ ਅਸੀਂ ਆਮ ਤੌਰ 'ਤੇ ਉਹ ਤਾਂ ਖੈਰ ਭੁੱਲ ਵੀ ਜਾਂਦੇ, ਕਈ ਵਾਰ ਕੋਈ ਮਾੜੀ ਘਟਨਾ ਵਾਪਰੇ ਤਾਂ ਸਾਡੇ ਚਿੱਤਿਆਂ ਵਿੱਚੋਂ ਕਦੇ ਵੀ ਨਹੀਂ ਵਿਸਰਦੀ। ਭਾਵ ਹਿੰਦੁਸਤਾਨ ਦੇ ਲੋਕ ਉਸ ਭੈੜੀ ਘਟਨਾ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਯਾਦ ਹੀ ਰੱਖਣਗੇ, ਜਦੋਂ ਉਹਨਾਂ ਦੇ ਸਰੀਰ ਰੂਪੀ ਕੱਪੜੇ ਉਹਨਾਂ ਦੇ ਜਿਹੜਾ ਹੈ ਉਹਨਾਂ ਨੂੰ ਟੁਕੜੇ ਟੁਕੜੇ ਕੀਤਾ ਗਿਆ, ਭਾਵ ਇੰਨੀ ਦੁਰਗਤ ਹੋਈ ਲੋਕਾਂ ਦੀ, ਇੰਨਾ ਅੱਤਿਆਚਾਰ ਹੋਇਆ ਇਸਤਰੀਆਂ ਦੇ ਉੱਤੇ। ਆਵਣ 78 ਜਾਣ 97 ਹੋਰ ਵੀ ਉੱਠਸੀ ਮਰਦ ਕਾ ਚੇਲਾ। ਹੁਣ ਇੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਭਵਿੱਖਬਾਣੀ ਕਰਦੇ ਹੋਏ ਕਹਿੰਦੇ ਨੇ ਬਈ ਉਹ ਜਿਹੜਾ ਇਹ ਮੁਗਲ ਬਾਦਸ਼ਾਹ ਸੀਗਾ ਉਹ 1578 ਬਿਕਰਮੀ ਦੇ ਵਿੱਚ ਆਇਆ ਸੀਗਾ। ਆਵਣ 78 ਜਾਣ 97 ਅਤੇ ਉਹ 1597 ਈਸਵੀ ਦੇ ਵਿੱਚ ਵਾਪਸ ਚਲਿਆ ਜਾਵੇਗਾ। ਮਤਲਬ ਉਹਨਾਂ ਨੇ ਭਵਿੱਖਬਾਣੀ ਕੀਤੀ, ਹੋਰ ਵੀ ਉੱਠਸੀ ਮਰਦ ਕਾ ਚੇਲਾ। ਅਤੇ ਹੋਰ ਇਹ ਵੀ ਭਵਿੱਖਬਾਣੀ ਕਰਦੇ ਨੇ ਕਿ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਕੋਈ ਹੋਰ ਤਕੜਾ ਵਿਅਕਤੀ ਇਸ
ਧਰਤੀ ਦੇ ਉੱਤੇ ਮਤਲਬ ਅਸੀਂ ਕਹਾਂਗੇ ਵੀ ਉਸਦਾ ਆਗਮਨ ਹੋਵੇਗਾ। ਭਾਵ ਉਹ ਕਿਹਦੀ ਗੱਲ ਕਰਦੇ ਹੈਗੇ ਨੇ, ਸ਼ੇਰ ਸ਼ਾਹ ਸੂਰੀ ਜੋ ਕਿ ਇੱਕ ਸੂਰਮਾ ਇਨਸਾਨ ਹੋਇਆ ਹੈਗਾ, ਉਹ ਕਹਿੰਦੇ ਵੀ ਉਹ ਉੱਠੂਗਾ ਅਤੇ ਉਹ ਇਹਨਾਂ ਦੀ ਥਾਂ 'ਤੇ ਮਤਲਬ ਆਪਣੀ ਥਾਂ ਲੈ ਲਵੇਗਾ, ਜੋ ਹੁਣ ਇਹ ਕਰ ਰਹੇ ਨੇ ਉਹ ਉਹਨਾਂ ਦੀ ਥਾਂ 'ਤੇ, ਫਿਰ ਸ਼ੇਰ ਸ਼ਾਹ ਸੂਰੀ ਆਵੇਗਾ ਅਤੇ ਇਹਨਾਂ ਦੀ ਥਾਂ 'ਤੇ ਤਾਕਤ ਫੜੇਗਾ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਤਾਂ ਗੁਰੂ ਜੀ ਕਹਿੰਦੇ ਹੈਗੇ ਨੇ ਬਈ ਮੈਂ ਤਾਂ ਜੋ ਸੱਚੇ ਪਾਤਸ਼ਾਹ ਨੇ ਮੈਨੂੰ ਹੁਕਮ ਕੀਤਾ ਮੈਂ ਉਹੀ ਕਹਿ ਰਿਹਾ ਹੈਗਾ, ਅਤੇ ਉਹ ਲੋਕ ਜਿਹੜੇ ਉਸ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਦੇ ਨੇ ਉਹ ਸੱਚ ਕੀ ਬਾਣੀ ਹੀ ਕਹਿੰਦੇ ਨੇ, ਸੱਚੀ ਗੱਲ ਹੀ ਕਹਿੰਦੇ ਨੇ, ਅਤੇ ਉਹ ਸੱਚੀ ਗੱਲ ਹੀ ਸੁਣਦੇ ਨੇ, ਅਤੇ ਸੱਚ ਸੁਣਾਉਣ ਦੀ ਹੀ ਦਾ ਹੀ ਇਹ ਸਮਾਂ ਹੈ। ਭਾਵ ਪਰਮਾਤਮਾ ਦੀ ਸਿਫਤ ਸਲਾਹ ਨਾਲ ਸੱਚੀ ਗੱਲ ਕੋਈ ਨਹੀਂ ਹੈਗੀ। ਅਤੇ ਉਹ ਕਹਿੰਦੇ ਹੈਗੇ ਨੇ ਕਿ ਮੈਂ ਤਾਂ ਹਮੇਸ਼ਾ ਉਸ ਪਰਮਾਤਮਾ ਦੀ ਸਿਫਤ ਸਲਾਹ ਹੀ ਕਰਦਾ ਹੈਗਾ ਜੋ ਹਮੇਸ਼ਾ ਸੱਚ ਹੈ, ਜੋ ਸੱਚ ਰਹੇਗਾ, ਸੱਚ ਹੈ, ਸੱਚ ਸੀ ਅਤੇ ਸੱਚ ਹੀ ਰਹੇਗਾ, ਕਿਉਂਕਿ ਮਨੁੱਖੀ ਜੀਵਨ ਹੈ ਜਿਹੜਾ ਉਹ ਉਸ ਪਰਮਾਤਮਾ ਦੀ ਉਸਤਤ ਕਰਨ ਲਈ ਹੀ ਬਣਿਆ ਹੋਇਆ ਹੈਗਾ। ਤਾਂ ਇਹ ਤਾਂ ਸੀਗੇ ਇਸ ਕਾਵਬੰਦ ਦੇ ਅਰਥ। ਅਤੇ ਹੁਣ ਆਪਾਂ ਇਸ ਨਾਲ ਸੰਬੰਧਿਤ ਅਗਲੇ ਪ੍ਰਸ਼ਨ ਉੱਤਰ ਵਾਚਦੇ ਹੈਗੇ ਹਾਂ। ਜੈਸੀ ਮੈਂ ਆਵੇ ਖਸਮਕੀ ਬਾਣੀ ਸ਼ਬਦ ਦਾ ਵਿਸ਼ਾ ਵਸਤੂ ਲਿਖਣਾ ਹੈਗਾ। ਜੈਸੀ ਮੈਂ ਆਵੇ ਖਸਮਕੀ ਬਾਣੀ ਚੌਪ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਦੇਸ਼ ਭਗਤੀ ਅਤੇ ਲੋਕ ਦਰਦ ਨਾਲ ਭਰੀ ਹੋਈ ਇੱਕ ਮਹਾਨ ਰਚਨਾ ਹੈ। ਗੁਰੂ ਨਾਨਕ ਦੇਵ ਜੀ ਜਦੋਂ ਮੱਕੇ ਦੀ ਯਾਤਰਾ ਕਰਕੇ ਆਪਣੀ ਤੀਜੀ ਉਦਾਸੀ ਦੇ ਅੰਤ ਵਿੱਚ ਸੈਦਪੁਰ ਪਹੁੰਚਦੇ ਹੈਗੇ ਨੇ, ਤਾਂ ਉਸ ਸਮੇਂ ਸੰਨ 1521 ਦੇ ਵਿੱਚ ਮੁਗਲ ਹਮਲਾਵਰ ਬਾਬਰ ਆਪਣੇ ਜ਼ਾਲਮ ਸਿਪਾਹੀਆਂ ਦੀ ਫੌਜ ਲੈ ਕੇ ਉੱਥੇ ਪੁੱਜ ਚੁੱਕਿਆ ਸੀ। ਉਸਨੇ ਹਰ ਪਾਸੇ ਜ਼ਬਰ ਜ਼ੁਲਮ ਦਾ ਰਾਜ ਫੈਲਾਉਂਦਿਆਂ ਕਤਲੇਆਮ ਅਤੇ ਲੁੱਟ ਖਸੁੱਟ ਮਚਾ ਦਿੱਤੀ ਅਤੇ ਬੜੀ ਬੇਸ਼ਰਮੀ ਦੇ ਨਾਲ ਥਾਂ ਥਾਂ 'ਤੇ ਹਿੰਦੂ, ਮੁਸਲਮਾਨ ਅਤੇ ਹੋਰ ਜਾਤੀ ਦੀਆਂ ਔਰਤਾਂ ਦੀ ਇਸਤਰੀਆਂ ਦੀ ਪੱਤ ਨੂੰ ਰੋਲਣਾ ਸ਼ੁਰੂ ਕਰ ਦਿੱਤਾ। ਇਹ ਦ੍ਰਿਸ਼ ਦੇਖ ਕੇ ਗੁਰੂ ਜੀ ਦਾ ਮਨ ਕੁਰਲਾ ਉੱਠਿਆ। ਉਹਨਾਂ ਨੂੰ ਇਉਂ ਪ੍ਰਤੀਤ ਹੋਇਆ ਕਿ ਇਹ ਬਾਬਰ ਦੀ ਸਧਾਰਨ ਫੌਜ ਨਹੀਂ, ਤਾਂ ਇਉਂ ਲੱਗਦਾ ਸੀ ਕਿ ਇਹ ਤਾਂ ਕਾਬਲ ਤੋਂ ਪਾਪ ਦੀ ਜੰਜ ਲੈ ਕੇ ਆਇਆ ਹੈ ਅਤੇ ਉਹ ਜ਼ਬਰਦਸਤੀ ਸਾਡੇ ਕੋਲੋਂ ਭਾਰਤ ਦੀ ਹਕੂਮਤ ਰੂਪੀ ਕੰਨਿਆਂ ਦਾ ਦਾਨ ਮੰਗ ਰਿਹਾ ਹੈ। ਇਸ ਸਮੇਂ ਧਰਮ ਅਤੇ ਸ਼ਰਮ ਦੋਨੋਂ ਹੀ ਮਿਟ ਚੁੱਕੇ ਸਨ ਅਤੇ ਹਰ ਪਾਸੇ ਝੂਠ ਅਤੇ ਅਨਿਆਂ ਦਾ ਹੀ ਬੋਲਬਾਲਾ ਸੀ। ਬਾਬਰ ਦੇ ਧਾੜਵੀ ਸਿਪਾਹੀਆਂ ਦੁਆਰਾ ਜ਼ਬਰਦਸਤੀ ਲੁੱਟੀ ਜਾ ਰਹੀ ਇਸਤਰੀਆਂ ਦੀ ਪੱਤ ਨੂੰ ਵੇਖ ਕੇ ਗੁਰੂ ਜੀ ਨੂੰ ਇਉਂ ਪ੍ਰਤੀਤ ਹੁੰਦਾ ਸੀ ਕਿ ਇਸ ਸਮੇਂ ਸ਼ੈਤਾਨ ਹੀ ਵਿਆਹ ਪੜ੍ਹਾ ਰਿਹਾ ਹੈ ਅਤੇ ਕਾਜ਼ੀਆਂ ਅਤੇ ਬ੍ਰਾਹਮਣਾਂ ਦੁਆਰਾ ਧਾਰਮਿਕ ਰੀਤੀ ਅਨੁਸਾਰ ਵਿਆਹ ਦੀ ਪਵਿੱਤਰ ਰਸਮ ਨਿਭਾਉਣ ਦੀ ਗੱਲ ਹੀ ਖਤਮ ਹੋ ਗਈ ਹੈ। ਇਸ ਅੱਤਿਆਚਾਰ ਦੀਆਂ ਸ਼ਿਕਾਰ ਹੋਈਆਂ ਮੁਸਲਮਾਨ ਇਸਤਰੀਆਂ ਆਪਣੇ ਧਾਰਮਿਕ ਗ੍ਰੰਥ ਕੁਰਾਨ ਨੂੰ ਪੜ੍ਹ ਰਹੀਆਂ ਸਨ ਅਤੇ ਦੁੱਖ ਦਾ ਸ਼ਿਕਾਰ ਬਣ ਕੇ ਉਹ ਖੁਦਾ ਨੂੰ ਸਹਾਇਤਾ ਲਈ ਪੁਕਾਰ ਕਰ ਰਹੀਆਂ ਸਨ। ਬਾਬਰ ਦੇ ਧਾੜਵੀ ਸਿਪਾਹੀਆਂ ਤੋਂ ਕੋਈ ਵੀ ਇਸਤਰੀ ਨਹੀਂ ਬਚ ਸਕੀ, ਕੀ ਮੁਸਲਮਾਨ ਇਸਤਰੀਆਂ, ਕੀ ਹਿੰਦੂ ਇਸਤਰੀਆਂ ਅਤੇ ਕੀ ਹੋਰਨਾਂ ਜਾਤੀਆਂ ਦੀਆਂ ਇਸਤਰੀਆਂ, ਸਭ ਨੂੰ ਉਹਨਾਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਇਸ ਜ਼ੋਰ ਧੱਕੇ ਦੇ ਵਿਆਹ ਵਿੱਚ ਵਰਲਾਪ ਹੋ ਰਹੇ ਸਨ। ਲੋਕ ਖੂਨ ਦੇ ਅੱਥਰੂ ਡੋਲ ਰਹੇ ਸਨ ਅਤੇ ਲਹੂ ਦਾ ਕੇਸਰ ਛਿੜਕ ਕੇ ਇਸ ਖੂਨੀ ਵਿਆਹ ਦੀ ਰਸਮ ਨੂੰ ਨਿਭਾਇਆ ਜਾ ਰਿਹਾ ਸੀ। ਸੈਦਪੁਰ ਨਗਰ ਦੀ ਇਹ ਦੁਰਘਟਨਾ ਬੜੀ ਹੀ ਭਿਆਨਕ ਸੀ, ਪਰ ਇਹ ਵੀ ਠੀਕ ਹੈ ਕਿ ਜਗਤ ਵਿੱਚ ਸਭ ਕੁਝ ਮਾਲਕ ਪ੍ਰਭੂ ਦੀ ਰਜ਼ਾ ਅਨੁਸਾਰ ਹੋ ਰਿਹਾ ਹੈ।
ਇਸ ਕਰਕੇ ਲੋਥਾਂ ਭਰੇ ਇਸ ਸ਼ਹਿਰ ਵਿੱਚ ਬੈਠ ਕੇ ਵੀ ਗੁਰੂ ਨਾਨਕ ਦੇਵ ਜੀ ਉਸ ਮਾਲਕ ਪ੍ਰਭੂ ਦੇ ਗੁਣ ਗਾਉਂਦੇ ਹੋਏ ਕਹਿੰਦੇ ਹਨ ਕਿ ਹੇ ਭਾਈ ਲਾਲੋ, ਤੂੰ ਵੀ ਇਸ ਅਟਲ ਨਿਯਮ ਨੂੰ ਉਚਾਰ ਕਿ ਜਿਸ ਮਾਲਕ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸੇ ਨੇ ਹੀ ਇਸ ਨੂੰ ਮਾਇਆ ਦੇ ਮੋਹ ਵਿੱਚ ਬਦਲਿਆ ਹੈ। ਉਹ ਆਪ ਹੀ ਨਿਰਲੇਪ ਰਹਿ ਕੇ ਇਹਨਾਂ ਦੁਰਘਟਨਾਵਾਂ ਨੂੰ ਵੇਖ ਰਿਹਾ ਹੈ ਜੋ ਕਿ ਮਨੁੱਖਤਾ ਦੇ ਮੋਹ ਮਾਇਆ ਦੇ ਵਿੱਚ ਗਰਕ ਹੋ ਜਾਣ ਕਰਕੇ ਵਾਪਰਦੀਆਂ ਨੇ। ਉਹ ਮਾਲਕ ਪ੍ਰਭੂ ਅਟਲ ਨਿਯਮਾਂ ਵਾਲਾ ਹੈ। ਉਹ ਅਗਾਂਹ ਨੂੰ ਵੀ ਅਟਲ ਨਿਯਮ ਹੀ ਵਰਤਾਵੇਗਾ ਅਤੇ ਉਹੀ ਨਿਆਂ ਕਰੇਗਾ ਜੋ ਅਟਲ ਹੋਵੇਗਾ। ਉਸਦੇ ਅਟਲ ਨਿਯਮ ਅਨੁਸਾਰ ਜੇ ਇਸ ਵੇਲੇ ਸੈਦਪੁਰ ਵਿੱਚ ਕਤਲੇਆਮ ਮੱਚਿਆ ਹੋਇਆ ਹੈ, ਇਹ ਇੱਕ ਅਜਿਹੀ ਭਿਆਨਕ ਘਟਨਾ ਵਾਪਰੀ ਹੈ ਜਿਸ ਨੂੰ ਹਿੰਦੁਸਤਾਨ ਕਦੇ ਨਹੀਂ ਭੁਲਾ ਸਕੇਗਾ। ਪਰ ਹੇ ਭਾਈ ਲਾਲੋ, ਜਦੋਂ ਤੱਕ ਮਨੁੱਖ ਮਾਇਆ ਦੇ ਮੋਹ ਵਿੱਚ ਗਰਕ ਹੈ, ਅਜਿਹੇ ਦੁਖਾਂਤ ਹਮੇਸ਼ਾ ਹੀ ਵਾਪਰਦੇ ਰਹਿਣਗੇ। ਮੁਗਲ ਅੱਜ ਸੰਮਤ 1578 ਵਿਕਰਮੀ ਵਿੱਚ ਆਏ ਹਨ ਅਤੇ ਇਹ ਸੰਮਤ 1597 ਵਿਕਰਮੀ ਦੇ ਵਿੱਚ ਵਾਪਸ ਚਲੇ ਜਾਣਗੇ। ਸ਼ੇਰਸ਼ਾਹ ਸੂਰੀ ਵਰਗਾ ਕੋਈ ਹੋਰ ਸੁਰਮਾ ਉੱਠੇਗਾ ਅਤੇ ਇਹਨਾਂ ਦੀ ਥਾਂ ਉਹ ਤਾਕਤ ਲੈ ਲਵੇਗਾ ਅਤੇ ਜੀਵ ਮਾਇਆ ਦੇ ਰੰਗ ਦੇ ਵਿੱਚ ਮਸਤ ਹੋ ਕੇ ਆਪਣੀ ਉਮਰ ਅਜਾਈ ਗਵਾ ਰਹੇ ਨੇ। ਗੁਰੂ ਜੀ ਕਹਿੰਦੇ ਹਨ ਕਿ ਉਹ ਤਾਂ ਇਸ ਵੇਲੇ ਵੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਅਤੇ ਉਹ ਸਾਰੀ ਉਮਰ ਹੀ ਉਸਦੀ ਸਿਫਤ ਸਲਾਹ ਕਰਦੇ ਰਹਿਣਗੇ, ਕਿਉਂਕਿ ਮਨੁੱਖ ਨੂੰ ਇਹ ਮਨੁੱਖਾ ਜਨਮ ਦਾ ਸਮਾਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਸਤੇ ਹੀ ਮਿਲਿਆ ਹੈ। ਤਾਂ ਅਗਲੇ ਪ੍ਰਸ਼ਨ, ਜੈਸੀ ਮੈਂ ਆਵੇ ਖਸਮ ਕੀ ਬਾਣੀ ਸ਼ਬਦ ਦਾ ਕੇਂਦਰੀ ਭਾਵ ਲਿਖੋ। ਇਸ ਸ਼ਬਦ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਕਾਬਲ ਤੋਂ ਭਾਰਤ ਉੱਤੇ ਹਮਲਾ ਕਰਕੇ ਸੈਦਪੁਰ ਸ਼ਹਿਰ ਉੱਤੇ ਮਚਾਏ ਗਏ ਭਿਆਨਕ ਹੜਕੰਬ ਦਾ ਜਿਹੜਾ ਹੈ ਕਰੁਣਾਮਈ ਦ੍ਰਿਸ਼ ਖਿੱਚਿਆ ਹੈ ਅਤੇ ਦੱਸਿਆ ਹੈ ਕਿ ਬਾਬਰ ਨੇ ਜਿਹੜਾ ਹੈ ਭਾਰਤ ਉੱਤੇ ਹਮਲਾ ਕੀਤਾ ਅਤੇ ਸੈਦਪੁਰ ਸ਼ਹਿਰ ਦੇ ਵਿੱਚ ਬੜਾ ਜ਼ੁਲਮ ਕੀਤਾ ਅਤੇ ਉਸਦੇ ਸਿਪਾਹੀਆਂ ਨੇ ਇਸਤਰੀਆਂ ਦੀ ਪੱਤ ਨੂੰ ਬੜੀ ਬੇਹਾਈ ਦੇ ਨਾਲ ਰੋਲਿਆ ਅਤੇ ਇਸ ਸਮੇਂ ਸਾਰੇ ਜਿਹੜੇ ਪਾਸੇ ਜਿਹੜੇ ਹੈਗੇ ਨੇ ਲੋਕ ਖੂਨ ਦੇ ਅੱਥਰੂ ਰੋਂਦੇ ਸਨ ਅਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੋਵੇ। ਅਤੇ ਗੁਰੂ ਜੀ ਦੱਸਦੇ ਹੈਗੇ ਨੇ ਕਿ ਇਹ ਮਾੜਾ ਸਮਾਂ ਹਮੇਸ਼ਾ ਨਹੀਂ ਰਹਿੰਦਾ, ਇਹ ਆਉਂਦਾ ਜਾਂਦਾ ਰਹਿੰਦਾ ਹੈਗਾ ਅਤੇ ਇਹ ਵੀ ਮਨੁੱਖ ਦੇ ਮਾਇਆ ਦੇ ਵਿੱਚ ਗਰਕ ਜਾਣ ਕਰਕੇ ਹੀ ਵਾਪਰਦਾ। ਅਗਲਾ ਪ੍ਰਸ਼ਨ, ਜੈਸੀ ਮੈਂ ਆਵੇ ਖਸਮ ਕੀ ਬਾਣੀ ਸ਼ਬਦ ਦਾ ਵਿਸ਼ਾ ਕੀ ਹੈ? ਇਸ ਸ਼ਬਦ ਦਾ ਵਿਸ਼ਾ ਮੁਗਲ ਹਮਲਾਵਰ ਬਾਬਰ ਦੁਆਰਾ ਭਾਰਤ ਉੱਤੇ ਹਮਲਾ ਕਰਕੇ ਸੈਦਪੁਰ ਵਿੱਚ ਖੇਡੀ ਜਾ ਰਹੀ ਬੇਗੁਨਾਹ ਲੋਕਾਂ ਦੇ ਖੂਨ ਦੀ ਹੋਲੀ ਅਤੇ ਇਸਤਰੀਆਂ ਦੀ ਰੋਲੇ ਗਏ ਪੱਤ ਨੂੰ ਬਿਆਨ ਕਰਨਾ ਹੈ। ਅਗਲਾ ਪ੍ਰਸ਼ਨ, ਜੈਸੀ ਮੈਂ ਆਵੇ ਖਸਮ ਕੀ ਬਾਣੀ ਸ਼ਬਦ ਦਾ ਵਿਸ਼ਾ ਕੀ ਹੈ? ਅਤੇ ਪਹਿਲਾਂ ਵਾਲੀਆਂ ਲਾਈਨਾਂ ਉਹੀ ਨੇ ਕਿ ਇਸ ਕਵਿਤਾ ਦੇ ਵਿੱਚ ਇਤਿਹਾਸ ਦਾ ਉਹ ਦੁਖਾਂਤ ਹੈ ਜਿਹੜਾ ਬਾਬਰ ਦੇ ਹਮਲੇ ਸਮੇਂ ਉਸਦੀਆਂ ਫੌਜਾਂ ਦੁਆਰਾ ਸੈਦਪੁਰ ਵਿੱਚ ਖੇਡੀ ਗਈ ਆਮ ਲੋਕਾਂ ਦੇ ਖੂਨ ਦੀ ਹੋਲੀ ਅਤੇ ਉਹਨਾਂ ਦੁਆਰਾ ਧੱਕੇ ਅਤੇ ਜ਼ਬਰ ਦੇ ਨਾਲ ਕੀਤੀ ਗਈ ਇਸਤਰੀਆਂ ਦੀ ਪੇਪਤੀ ਦੇ ਰੂਪ ਦੇ ਵਿੱਚ ਵਾਪਰਿਆ ਅਤੇ ਜਿਸ ਨੂੰ ਗੁਰੂ ਜੀ ਨੇ ਆਪਣੇ ਅੱਖੀਂ ਵੇਖਿਆ ਅਤੇ ਬੜੇ ਕਰੁਣਾਮਈ ਢੰਗ ਦੇ ਨਾਲ ਉਹਨਾਂ ਨੇ ਬਿਆਨ ਕੀਤਾ ਹੈ। ਅਗਲਾ ਪ੍ਰਸ਼ਨ, ਜੈਸੀ ਮੈਂ ਆਵੇ ਖਸਮ ਕੀ ਬਾਣੀ ਸ਼ਬਦ ਕਿਸ ਨੂੰ ਸੰਬੋਧਿਤ ਹੈ ਅਤੇ ਇਹ ਕਿਸ ਘਟਨਾ ਨਾਲ ਸੰਬੰਧਿਤ ਹੈ? ਜੈਸੀ ਮੈਂ ਆਵੇ ਖਸਮ ਕੀ ਬਾਣੀ ਗੁਰੂ ਨਾਨਕ ਦੇਵ ਜੀ ਦੁਆਰਾ ਆਪਣੇ ਪਿਆਰੇ ਸਿੱਖ ਭਾਈ ਲਾਲੋ ਨੂੰ ਸੰਬੋਧਿਤ ਹੈ। ਇਸ ਦਾ ਸੰਬੰਧ 1521 ਈਸਵੀ ਦੇ ਵਿੱਚ ਬਾਬਰ ਦੁਆਰਾ ਹਿੰਦੁਸਤਾਨ ਉੱਤੇ ਕੀਤੀ ਗਈ ਚੜ੍ਹਾਈ ਦੌਰਾਨ ਸੈਦਪੁਰ ਦੇ ਵਿੱਚ ਮਚਾਈ ਗਈ ਕਤਲੇਆਮ ਅਤੇ ਇਸ ਵਿੱਚ ਇਸਤਰੀਆਂ ਉੱਤੇ ਹੋਏ ਅੱਤਿਆਚਾਰ ਦੇ ਨਾਲ ਹੈ। ਅਗਲਾ ਪ੍ਰਸ਼ਨ, ਬਾਬਰ ਦੇ ਹਮਲੇ ਦੌਰਾਨ ਸੈਦਪੁਰ ਵਿੱਚ ਇਸਤਰੀਆਂ ਦੀ ਕਿਸ ਤਰ੍ਹਾਂ ਦੁਰਦਸ਼ਾ ਹੋਈ? ਬਾਬਰ ਦੇ ਹਮਲੇ ਦੌਰਾਨ ਸੈਦਪੁਰ ਦੇ ਵਿੱਚ ਇਸਤਰੀਆਂ ਉੱਤੇ ਬਹੁਤ
ਅੱਤਿਆਚਾਰ ਹੋਏ। ਬਾਬਰ ਦੇ ਸਿਪਾਹੀਆਂ ਨੇ ਬੜੀ ਬੇਦਰਦੀ ਨਾਲ ਉਹਨਾਂ ਦੀ ਬੇਪਤੀ ਕੀਤੀ। ਇਉਂ ਜਾਪਦਾ ਸੀ ਜਿਵੇਂ ਸ਼ੈਤਾਨ ਵਿਆਹ ਪੜ੍ਹਾ ਰਿਹਾ ਹੋਵੇ। ਕਾਜ਼ੀਆਂ ਬ੍ਰਾਹਮਣਾਂ ਦੀ ਸੌਂਗਾਂ ਵਾਲੀ ਮਰਿਆਦਾ ਖਤਮ ਹੋ ਗਈ ਸੀ। ਇਸ ਸਮੇਂ ਮੁਸਲਮਾਨ ਅਤੇ ਹਿੰਦੂ ਇਸਤਰੀਆਂ ਉੱਚੀਆਂ ਅਤੇ ਨੀਵੀਆਂ ਜਾਤੀਆਂ ਨਾਲ ਸੰਬੰਧਿਤ ਸਾਰੀਆਂ ਇਸਤਰੀਆਂ ਉੱਪਰ ਇੱਕੋ ਜਿਹਾ ਜ਼ੁਲਮ ਦਾ ਕਹਿਰ ਵਾਪਰਿਆ ਸੀ। ਗੁਰੂ ਜੀ ਲੋਥਾਂ ਦੇ ਭਰੇ ਹੋਏ ਸ਼ਹਿਰ ਵਿੱਚ ਬੈਠ ਕੇ ਮਾਲਕ ਪ੍ਰਭੂ ਦੇ ਕਿਹੜੇ ਅਟਲ ਨਿਯਮ ਦਾ ਜ਼ਿਕਰ ਕਰਦੇ ਹਨ? ਗੁਰੂ ਜੀ ਕਹਿੰਦੇ ਹਨ ਕਿ ਜਿਸ ਮਾਲਕ ਪ੍ਰਭੂ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸਨੇ ਹੀ ਇਸ ਨੂੰ ਮਾਇਆ ਦੇ ਮੋਹ ਵਿੱਚ ਪਰਿਵਰਤਿਤ ਕੀਤਾ ਹੋਇਆ ਹੈ। ਉਹ ਆਪ ਨਿਰਲੇਪ ਰਹਿ ਕੇ ਇਹਨਾਂ ਸਾਰੀਆਂ ਦੁਰਘਟਨਾਵਾਂ ਨੂੰ ਵੇਖ ਰਿਹਾ ਹੈ ਜੋ ਮਾਇਆ ਜੀਵ ਦੇ ਮਾਇਆ ਮੋਹ ਵਿੱਚ ਗਰਕ ਹੋ ਜਾਣ ਕਰਕੇ ਵਾਪਰਦੀਆਂ ਨੇ, ਅਤੇ ਉਹ ਅਗਾਮ ਨੂੰ ਵੀ ਅਟਲ ਨਿਯਮ ਹੀ ਵਰਤਾਵੇਗਾ ਅਤੇ ਉਹੀ ਨਿਆਂ ਕਰੇਗਾ, ਅਤੇ ਉਹ ਨਿਆਂ ਜੋ ਕਿ ਹਮੇਸ਼ਾ ਅਟਲ ਹੈ ਅਤੇ ਰਹੇਗਾ। ਅਗਲਾ ਪ੍ਰਸ਼ਨ, ਗੁਰੂ ਨਾਨਕ ਦੇਵ ਜੀ ਬਾਬਰ ਦੇ ਹਮਲੇ ਵਿੱਚ ਲੋਕਾਂ ਅਤੇ ਇਸਤਰੀਆਂ ਉੱਤੇ ਅੱਤਿਆਚਾਰ ਦੇ ਬਾਵਜੂਦ ਵੀ ਕਿਉਂ ਪਰਮਾਤਮਾ ਦੀ ਸਿਫਤ ਸਲਾਹ ਹੀ ਕਰਦੇ ਹਨ? ਗੁਰੂ ਜੀ ਕਹਿੰਦੇ ਹਨ ਕਿ ਉਹ ਇਸ ਭਿਆਨਕ ਸਮੇਂ ਵਿੱਚ ਵੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫਤ ਸਲਾਹ ਹੀ ਕਰਦੇ ਹਨ, ਅਤੇ ਉਹ ਸਾਰੀ ਉਮਰ ਸਿਫਤ ਸਲਾਹ ਹੀ ਕਰਦੇ ਰਹਿਣਗੇ, ਕਿਉਂਕਿ ਜੀਵ ਨੂੰ ਮਨੁੱਖੀ ਜਨਮ ਪ੍ਰਭੂ ਦੀ ਸਿਫਤ ਸਲਾਹ ਕਰਨ ਲਈ ਹੀ ਮਿਲਿਆ ਹੈ। ਜੈਸੀ ਮੈਂ ਆਵੇ ਖਸਮ ਕੀ ਪਾਣੀ ਸ਼ਬਦ ਵਿੱਚ ਗੁਰੂ ਜੀ ਨੇ ਕਿਵੇਂ ਧਾੜਵੀ ਬਾਬਰ ਦੇ ਜ਼ੁਲਮਾਂ ਨੂੰ ਇੱਕ ਖੂਨੀ ਵਿਆਹ ਦੇ ਰੂਪ ਵਿੱਚ ਪੇਸ਼ ਕੀਤਾ। ਸੈਦਪੁਰ ਦੇ ਵਿੱਚ ਬਾਬਰ ਦੀ ਫੌਜ ਨੂੰ ਹਰ ਪਾਸੇ ਜਬਰ ਜ਼ੁਲਮ ਕਤਲੇਆਮ ਕਰਦਿਆਂ, ਲੁੱਟ ਖਸੁੱਟ ਮਚਾਉਂਦਿਆਂ ਅਤੇ ਹਿੰਦੂ ਮੁਸਲਮਾਨ ਅਤੇ ਹੋਰ ਜਾਤੀ ਦੀਆਂ ਇਸਤਰੀਆਂ ਦੀ ਪੱਤ ਨੂੰ ਰੋਲਦਿਆਂ ਵੇਖ ਕੇ ਗੁਰੂ ਜੀ ਦਾ ਮਨ ਕੁਰਲਾ ਉੱਠਿਆ, ਅਤੇ ਉਹਨਾਂ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਬਾਬਰ ਜ਼ਬਰਦਸਤੀ ਸਾਡੇ ਕੋਲੋਂ ਭਾਰਤ ਦੀ ਹਕੂਮਤ ਰੂਪੀ ਕੰਨਿਆਂ ਦਾ ਦਾਨ ਮੰਗ ਰਿਹਾ ਹੋਵੇ। ਇਸ ਸਮੇਂ ਬਾਬਰ ਦੇ ਸਿਪਾਹੀਆਂ ਦੁਆਰਾ ਜ਼ਬਰਦਸਤੀ ਲੁੱਟੀ ਜਾ ਰਹੀ ਇਸਤਰੀਆਂ ਦੀ ਪੱਤ ਨੂੰ ਵੇਖ ਕੇ ਗੁਰੂ ਜੀ ਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਸ਼ੈਤਾਨ ਆਪ ਵਿਆਹ ਪੜ੍ਹਾ ਰਿਹਾ ਹੋਵੇ, ਅਤੇ ਕਾਜ਼ੀਆਂ ਅਤੇ ਬ੍ਰਾਹਮਣਾਂ ਦੁਆਰਾ ਧਾਰਮਿਕ ਰੀਤੀ ਅਨੁਸਾਰ ਵਿਆਹ ਦੀ ਪਵਿੱਤਰ ਰਸਮ ਨਿਭਾਉਣ ਦੀ ਗੱਲ ਖਤਮ ਹੋ ਚੁੱਕੀ ਹੋਵੇ ਅਤੇ ਲਹੂ ਦਾ ਕੇਸਰ ਛਿੜਕੇ ਇਸ ਖੂਨੀ ਵਿਆਹ ਦੀ ਰਸਮ ਨੂੰ ਨਿਭਾਇਆ ਜਾ ਰਿਹਾ ਹੋਵੇ। ਅਗਲਾ ਪ੍ਰਸ਼ਨ, ਜੈਸੀ ਮਾਵੇ ਖਸਮ ਕੀ ਬਾਣੀ ਸ਼ਬਦ ਵਿੱਚ ਕਿਸ ਦੇ ਹਮਲੇ ਅਤੇ ਕਿਸ ਦੇ ਜ਼ੁਲਮਾਂ ਦਾ ਜ਼ਿਕਰ ਹੈ? ਇਸ ਸ਼ਬਦ ਦੇ ਵਿੱਚ 1521 ਦੇ ਵਿੱਚ ਬਾਬਰ ਦੁਆਰਾ ਭਾਰਤ 'ਤੇ ਕੀਤੇ ਹਮਲੇ ਅਤੇ ਇਸ ਦੌਰਾਨ ਉਸਦੇ ਆਮ ਲੋਕਾਂ ਅਤੇ ਇਸਤਰੀਆਂ ਉੱਤੇ ਕੀਤੇ ਗਏ ਜ਼ੁਲਮਾਂ ਦਾ ਜ਼ਿਕਰ ਹੈ। ਬਾਬਰ ਨੇ ਕਾਬਲ ਤੋਂ ਭਾਰਤ ਉੱਤੇ ਹਮਲਾ ਕਰਕੇ ਸੈਦਪੁਰ ਦੇ ਸ਼ਹਿਰ ਵਿੱਚ ਬਹੁਤ ਜ਼ਬਰ ਜ਼ੁਲਮ ਕੀਤਾ ਅਤੇ ਇਸਤਰੀਆਂ ਦੀ ਪੱਤ ਨੂੰ ਬੜੀ ਬੇਰਹਿਮੀ ਦੇ ਨਾਲ ਰੋਲਿਆ। ਤੈਂ ਤਾਂ ਸੀਗੇ ਸਾਡਾ ਅੱਜ ਦਾ ਜੋ ਕਵਿਤਾ ਸੀਗੀ, ਜੈਸੀ ਮੈਂ ਆਵੇ ਖਸਮ ਕੀ ਪਾਣੀ। ਇਸ ਦੇ ਸਰਲਾਰਥ, ਕੇਂਦਰੀ ਭਾਵ ਅਤੇ ਇਸ ਨਾਲ ਸੰਬੰਧਿਤ ਕੁਝ ਪ੍ਰਸ਼ਨਾਂ ਦੇ ਉੱਤਰ ਉਮੀਦ ਕਰਦੀ ਹੈਗੀ ਹਾਂ ਕਿ ਤੁਹਾਨੂੰ ਇਹ ਸਮਝ ਲੱਗ ਗਏ ਹੋਣਗੇ। ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਿਓ, ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ। ਜੇਕਰ ਇਸ ਚੈਨਲ 'ਤੇ ਨਵੇਂ ਆਏ ਹੈਗੇ ਹੋ ਤਾਂ ਇਸ ਚੈਨਲ ਦੀ ਪਲੇਲਿਸਟ ਹਰ ਹਾਲਤ ਵਿੱਚ ਵਾਚਣਾ ਬੇਟੇ, ਕਿਉਂਕਿ ਇਸ ਚੈਨਲ 'ਤੇ ਇੱਕ ਨਾਲੋਂ ਵੱਧ ਕਲਾਸਿਸ ਦਾ ਕੰਮ ਕੀਤਾ ਹੋਇਆ ਹੈਗਾ, ਅਤੇ ਜਿਸ ਵੀ ਕਲਾਸ ਦਾ ਕੰਮ ਸ਼ੁਰੂ ਕੀਤਾ ਹੈ ਉਸ ਨੂੰ ਮੈਂ ਦਸੰਬਰ ਤੱਕ ਹਰ ਹਾਲਤ ਵਿੱਚ ਪੂਰਾ ਕਰਾਂਗੀ, ਕਿਉਂਕਿ ਮੈਂ ਸੀਰੀਅਲ ਦੇ ਵਿੱਚ ਚੱਲ ਰਹੀ ਹੈਗੀ ਹਾਂ, ਫਸਟ ਸਮੈਸਟਰ, ਉਸ ਤੋਂ ਬਾਅਦ ਤੀਜਾ ਸਮੈਸਟਰ, ਉਸ ਤੋਂ ਬਾਅਦ ਪੰਜਵਾਂ ਸਮੈਸਟਰ, ਠੀਕ ਹੈ? ਅਤੇ ਸਾਰਿਆਂ ਦੀਆਂ ਵੀਡੀਓਜ਼ ਵਾਰੋ ਵਾਰੀ ਅਪਲੋਡ ਕਰ ਰਹੀ ਹੈਗੀ ਹਾਂ, ਅਤੇ ਜੇਕਰ ਕੋਈ ਵੀਡੀਓ ਤੁਹਾਡੀ ਪੜ੍ਹਾਈ ਦੇ ਲਈ ਲਾਭਦਾਇਕ ਹੋਈ ਤਾਂ ਫਿਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਬਿਲਕੁਲ ਨਾ ਜਾਣਾ, ਅਤੇ ਸਬਸਕ੍ਰਾਈਬ ਕਰਦੇ ਹੋਏ ਬੈੱਲ ਆਈਕਨ ਵੀ ਪ੍ਰੈਸ ਕਰਨਾ ਤਾਂ ਕਿ ਤੁਹਾਨੂੰ ਰੋਜ਼ਾਨਾ ਅਪਲੋਡ ਕੀਤੇ ਜਾਣ ਦੀਆਂ ਵੀਡੀਓਜ਼ ਬਾਰੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ। ਫਿਰ ਮਿਲਦੇ ਹੈਗੇ ਅਗਲੀ ਵੀਡੀਓ 'ਤੇ।